ਸਿੰਗਰ ਤੇ ਐਕਟਰ ਸ਼ੈਰੀ ਮਾਨ ਦੀ ਸੋਸ਼ਲ ਮੀਡੀਆ ਤੇ ਇੱਕ ਪਿਆਰੇ ਐਕਸੈਂਟ ਵਾਲੀ ਵੀਡੀਓ ਹੋਈ ਵਾਇਰਲ ਜੀ ਹਾਂ ਹਾਲੀ ਦੇ ਵਿੱਚ ਸ਼ੈਰੀ ਮਾਨ ਨੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹ ਫਨੀ ਐਕਸੈਂਟ ਦੇ ਵਿੱਚ ਇੰਗਲਿਸ਼ ਬੋਲਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲੇ ਵੀ ਕਹਿ ਰਹੇ ਨੇ ਕਿ ਮੈਂ ਇੰਨਾ ਕਿਹਾਂ ਮੈਨੂੰ ਇੰਨੀ ਕੀ ਆਉਂਦੀ ਆ ਸੋ ਨਾਲ ਹੀ ਤੁਹਾਨੂੰ ਇਸ ਵੀਡੀਓ ਨੂੰ ਦਿਖਾਉਂਦੇ ਆ ਤੁਸੀਂ ਵੀ ਇਸ ਵੀਡੀਓ ਨੂੰ ਆਪਣੀਆਂ ਸਕਰੀਨ ਤੇ ਵੇਖੋ ਵੈਲ ਸ਼ੈਰੀ ਮਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਸ਼ੈਰੀਮਾਨ ਕੁਝ ਯੰਗਸਟਰਸ ਦੇ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਹ ਇੰਗਲਿਸ਼ ਬੋਲਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਇਹਨਾਂ ਦਾ ਐਕਸੈਂਟ ਲੋਕਾਂ ਨੂੰ ਕਾਫੀ ਫਨੀ ਲੱਗ ਰਿਹਾ ਹੈ ਕਾਫੀ ਚੰਗਾ ਲੱਗ ਰਿਹਾ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕ ਵੇਖਣਾ ਪਸੰਦ ਕਰ ਰਹੇ ਨੇ ਸੋ ਸ਼ੈਰੀਮਾਨ ਦੇ ਵਰਗਰਾਫ ਦੀ ਗੱਲ ਕਰੀਏ ਤੇ ਸ਼ੈਰੀਮਾਨ ਆਪਣੇ ਫਰਾਂਸ ਦੇ ਲਈ ਨਵੇਂ-ਨਵੇਂ ਗੀਤ ਲੈ ਕੇ ਆ ਰਹੇ ਨੇ ਇਸ ਨਾਲ ਹੀ ਸ਼ੈਰੀਮਾਨ ਆਪਣੇ ਲਾਈਵ ਸ਼ੋਜ਼ ਵੀ ਕਰ ਰਹੇ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਉਨ੍ਹਾਂ ਦੀ ਐਲਬਮ ਰਿਲੀਜ਼ ਹੋਈ ਸੀ ਜਿਸ ਦਾ ਨਾਮ ਸੀ ਦ ਲਾਸਟ ਗੁੱਡ ਐਲਬਮ ਸ਼ੈਰੀਮਾਨ ਦੀ ਇਸ ਐਲਬਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਤੇ ਇਸ ਐਲਬਮ ਦੇ ਹਰ ਇੱਕ ਗੀਤ ਨੂੰ ਲੋਕਾਂ ਨੇ ਪਿਆਰ ਦਿੱਤਾ ਸ਼ੈਰੀਮਾਨ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦੇ ਨੇ ਦੱਸ ਦਈਏ ਕਿ ਸ਼ੈਰੀਮਾਨ ਦੇ ਸੋਸ਼ਲ ਮੀਡੀਆ ਤੇ 3.8 ਮਿਲੀਅਨ ਯਾਨੀ ਕਿ 38 ਲੱਖ ਤੋਂ ਵੀ ਵੱਧ ਫੋਲੋਅਰਸ ਨੇ ਵੈਲੇ ਦਾ ਲਾਸਟ ਗੁੱਡ ਐਲਬਮ ਦੀ ਗੱਲ ਕਰੀਏ ਤੇ ਇਸ ਐਲਬਮ ਦੇ ਵਿੱਚ ਕੁੱਲ 18 ਗਾਣੇ ਸਨ ਜਿਨ੍ਹਾਂ ਗੀਤਾਂ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਇਹ ਐਲਬਮ ਇਸ ਸਾਲ ਦੇ ਮਿਡ ਵਿੱਚ ਰਿਲੀਜ਼ ਹੋਈ ਸੀ ਹੁਣ ਦਰਸ਼ਕਾਂ ਨੂੰ ਇੰਤਜ਼ਾਰ ਹੈ ਸ਼ੈਰੀਮਾਨ ਦੇ ਵੱਲੋਂ ਕਿਸੇ ਨਵੇਂ ਪ੍ਰੋਜੈਕਟ ਦਾ ਦੱਸ ਜੀ ਕਿ ਇਸ ਐਲਬਮ ਦੇ ਮਾਂ ਗਾਣੇ ਨੂੰ ਲੋਕਾਂ ਨੇ ਕਾਫੀ ਜ਼ਿਆਦਾ पसंद किता इस तू तो अलावा दुआ तार बैली गीत भी काफी ज्यादा वायरल हुए दस दिए की एक गीत सन मां बूम रैंग अज पहली बारी आखरी मुलाकात दुआ ਵੀਆ ਕਾਫੀ ਆਕੜ ਗ੍ਰੀਨ ਟੀ ਸਵੈਗ ਟਿਮ ਹਾਟਿੰਸ ਵੰਗਾ ਯਾਰ ਬੈਲੀ ਸਿਰਾ ਜੱਟਾਂ ਦੇ ਪੁੱਤ ਡੈਡਲੀ ਕੰਬੋ ਜਿਗਰੀ ਤੇ ਲਵ ਮੈਰਿਜ ਸੋ ਇਹ ਸਾਰੇ ਗੀਤਾਂ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਿਆਰ ਦਿੱਤਾ ਤੇ ਉਹਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਇਹਨਾਂ ਵਿੱਚੋਂ ਮੇਰਾ ਪਰਸਨਲ ਫੇਵਰਿਟ ਹੈ ਬੂਮਰੈਂਗ ਇਹਨਾਂ ਗੀਤਾਂ ਦੇ ਵਿੱਚੋਂ ਤੁਹਾਡਾ ਫੇਵਰਿਟ ਕਿਹੜਾ ਤੁਸੀਂ ਕਮੈਂਟ ਏਰੀਆ ਦੇ ਵਿੱਚ ਦੱਸ ਸਕਦੇ ਹੋ ਪਹਿਲੇ ਐਲਬਮ ਇਸ ਸਾਲ ਦੇ ਮਿਡ ਵਿੱਚ ਰਿਲੀਜ਼ ਹੋਈ ਸੀ ਹੁਣ ਦੇਖਦੇ ਆ ਕਿ 2024 ਦੇ ਵਿੱਚ ਸ਼ੈਰੀਮਾਨ ਆਪਣੇ ਫੈਨਸ ਦੇ ਲਈ ਕੀ ਕੁਝ ਲੈ ਕਿ ਆਉਂਦੀ ਨੇ। ਤੁਹਾਡਾ ਕੀ ਕਹਿਣਾ ਹੈ ਕਮੈਂਟ ਏਰੀਆ ਦੇ ਵਿੱਚ ਜ਼ਰੂਰ ਦੱਸੋ ਸ਼ੈਰੀਮਾਨ ਵੱਲੋਂ ਗਾਇਆ ਗੀਤ ਤੁਹਾਨੂੰ ਕਿਹੋ ਜਿਹਾ ਲੱਗਦੇ ਨੇ ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ। ਕਿਨੇ ਐਕਸਾਈਟਿਡ ਹੋਣ ਵਾਲੇ ਪ੍ਰੋਜੈਕਟਸ ਲਈ ਇਹ ਵੀ ਦੱਸ ਸਕਦੇ ਹੋ ਤੇ ਉਹਨਾਂ ਦੀ ਇਹ ਐਕਸੈਂਟ ਵਾਲੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਇਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹਨਾਂ ਹੀ ਪੋਲੀਵੁੱਡ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।